ਵੈਲਕਮ ਟੂ ਦਿਸ ਐਪੀਸੋਡ ਆਫ ਦਾ ਹਰਪ੍ਰੀਤ ਸਿੰਘ ਸ਼ੋ ਅੱਜ ਦੇ ਸੈਗਮੈਂਟ ਵਿੱਚ ਅਸੀਂ ਗੱਲਬਾਤ ਕਰਾਂਗੇ ਰਜਾਇਨਾ ਦੇ ਸਰਦਾਰ ਚਰਨ ਸਿੰਘ ਜੀ ਨਾਲ ਜਿਹੜੇ ਕਿ ਇੱਕ ਸਾਹਿਤਕਾਰ ਹਨ ਕਿਸ ਤਰੀਕੇ ਨਾਲ ਪੰਜਾਬੀ ਸਾਹਿਤ ਨੂੰ ਲੋਕਾਂ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਇਸ ਬਾਰੇ ਗੱਲਬਾਤ ਕਰਦੇ ਹਾਂ ਸਤਾਰ ਚਰਨ ਸਿੰਘ ਜੀ ਨਾਲ ਰਜਾਇਨਾ ਤੋਂ ਸੋ ਚੰਸੀਪ ਜੀ ਰਜਾਇਨਾ ਦੇ ਵਿੱਚ ਤੁਸੀਂ ਰਹਿੰਦੇ ਹੋ ਕਿ ਇੱਥੇ ਆਪਣੀ ਭਾਈਚਾਰੇ ਦੇ ਵਿੱਚ ਵਿਚਰਦੇ ਹੈਗੇ ਉਹਦੇ ਬਾਰੇ ਦੱਸੋ ਥੋੜਾ ਜਿਹਾ ਕਿ ਕਿਸ ਤਰ੍ਹਾਂ ਦਾ ਇੱਥੇ ਮਾਹੌਲ ਹੈਗਾ ਤੇ ਮੀਡੀਆ ਦਾ ਤੁਸੀਂ ਜੁੜੇ ਰਹੇ ਹੋ ਬੜੇ ਲੰਬੇ ਸਮੇਂ ਤੋਂ ਇੱਥੇ ਕਿੰਨਾ ਕੁ ਮੀਡੀਆ ਦੀ ਪ੍ਰੈਜੈਂਸ ਹੈਗੀ ਹਰਪ੍ਰੀਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੇਰੀ ਇੰਟਰਵਿਊ ਲੈਣ ਵਾਸਤੇ ਇੱਥੇ ਆਏ ਆ ਤੇ ਦੂਸਰੀ ਗੱਲ ਹੈਗੀ ਹੈ ਕਿ ਰਜਾਇਨਾ ਚ ਮੈਨੂੰ ਕਰੀਬ-ਕਰੀਬ ਸਵਾਖ ਸਾਲ ਹੋ ਗਿਆ ਜੀ ਤੇ ਇੱਥੇ ਸਭ ਤੋਂ ਵੱਡੀ ਤਾਂ ਮੈਂ ਜੋ ਮਹਿਸੂਸ ਕਰਦਾ ਹੈਗਾ ਕਿ ਸਾਡਾ ਭਾਈਚਾਰਾ ਬਹੁਤ ਅੱਛਾ ਹੈ ਜੀ ਪਰ ਥੋੜਾ ਤੇ ਦੂਸਰੀ ਗੱਲ ਹੈ ਵੀ ਜਿੱਤੋਂ ਤੱਕ ਮੀਡੀਆ ਦਾ ਸਵਾਲ ਹੈ ਉਹ ਬਿਲਕੁਲ ਹੀ ਹੈ ਨਹੀਂਗਾ ਪ੍ਰਿੰਟ ਮੀਡੀਆ ਤਾਂ ਬਿਲਕੁਲ ਹੀ ਹੈ ਨਹੀਂਗਾ ਦੇਖਣ ਨੂੰ ਵੀ ਨਹੀਂ ਮਿਲਦਾ ਪੰਜਾਬੀ ਦਾ ਖਾਸ ਤੌਰ ਤੇ ਜੀ ਤੇ ਆ ਰੇਡੀਓ ਹੈ ਸਾਡਾ ਉਹ ਵੀ ਸੰਡੇ 1 ਘੰਟਾ ਚੱਲਦਾ ਹੈਗਾ ਤਾਂ ਮਤਲਬ ਮੀਡੀਆ ਵੱਲੋਂ ਅਸੀਂ ਕਾਫੀ ਪਿੱਛੇ ਹੈਗੇ ਆਂ ਪਰ ਐਸ ਪਰ ਐਸ ਆਵਰ ਕਮਿਊਨਿਟੀ ਇਜ਼ ਕਨਸਰਨਡ ਭਾਵੇਂ ਥੋੜੀ ਹੈਗੀ ਆ ਪਰ ਇੱਕ ਵਧੀਆ ਕਮਿਊਨਿਟੀ ਹੈਗੀ ਆ ਕਾਫੀ ਸਿਆਣੇ ਲੋਕ ਸਮਝਦਾਰ ਲੋਕ ਜੁੜੇ ਹੋਏ ਆ ਵਿਸ਼ੇਸ਼ ਤੌਰ ਤੇ ਸਾਡੀ ਖੇਚ ਦਾ ਜਿਹੜਾ ਕੇਂਦਰ ਹੈਗਾ ਉਹ ਗੁਰਦੁਆਰਾ ਸਾਹਿਬ ਹੈ ਜੀ ਉੱਥੇ ਸਾਡੀ ਸਾਰੀ ਜਿਹੜੀ ਐਕਟੀਵਿਟੀ ਹੈਗੀ ਆ ਰਿਲੀਜੀਅਸ ਸੋਸ਼ਲ ਕਲਚਰਲ ਐਕਟੀਵਿਟੀਆਂ ਉੱਥੋਂ ਹੀ ਐਕਟੀਵੇਟ ਹੁੰਦੀਆਂ ਜੀ ਤੇ ਅਸੀਂ ਕੋਸ਼ਿਸ਼ ਕਰਦੇ ਹੈਗੇ ਆ ਕਿ ਅ ਮਤਲਬ ਜਿੰਨੀ ਕ ਐਕਟੀਵੇਸ਼ਨ ਹੋ ਸਕੇ ਜਿਵੇਂ ਖਾਸ ਤੌਰ ਤੇ ਮਲਟੀਕਲਚਰਲ ਐਕਟੀਵਿਟੀਆਂ ਹੁੰਦੀਆਂ ਹੈਗੀਆਂ ਸਾਡੇ ਇੱਥੇ ਸੱਜਣ ਆਏਗੇ ਆ ਜਿਹੜੇ ਮਤਲਬ ਮਲਟੀਕਲਚਰਲ ਐਕਟੀਵਿਟੀਆਂ ਨਾਲ ਐ ਐਕਟਿਵੇਟ ਰਹਿੰਦੇ ਹੈਗੇ ਆ ਦੂਸਰੀ ਗੱਲ ਹੈ ਕਿ ਮਲਟੀ ਫੇਥ ਐਕਟੀਵਿਟੀਆਂ ਹੁੰਦੀਆਂ ਰਹਿੰਦੀਆਂ ਹੈਗੀਆਂ ਵੱਖ-ਵੱਖ ਧਰਮਾਂ ਦੇ ਨਾਲ ਸਾਡਾ ਜਿਹੜਾ ਸੰਸਕਾਰ ਬਣਿਆ ਰਹਿੰਦਾ ਹੈਗਾ ਮੈਂ ਉਹਨਾਂ ਦੇ ਬਾਰੇ ਆਮ ਤੌਰ ਤੇ ਲਿਖਦਾ ਰਹਿੰਨਾ ਜਿਹੜੀ ਮੇਰੀ ਜਿਹੜਾ ਇੱਥੇ ਮੈਂ ਅਖਬਾਰ ਲਿਆਂ ਹੈਗਾ ਉਹ ਦੈਟਸ ਨੋਨ ਐਸ ਲਾਈਕ ਪੰਜਾਬੀ ਨੈਸ਼ਨਲ ਉਹ ਕੈਲਗਰੀ ਤੋਂ ਹੀ ਲੈਂਦਾ ਹੈ ਤੇ ਉੱਥੋਂ ਦੇ ਜਿਹੜੇ ਲੋਕਲ ਪ੍ਰਕਾਸ਼ਕ ਹੈਗੇ ਹਨ ਜੀ ਫੋ ਫ੍ਰੀ ਆਫ ਕਾਸਟ ਇੱਥੇ ਮਤਲਬ ਭੇਜਦੇ ਰਹੇ ਆ ਤੇ ਮੈਂ ਮਤਲਬ ਕੋਸ਼ਿਸ਼ ਕਰਕੇ ਕੁਝ ਲੋਕਾਂ ਦੀ ਸਹਾਇਤਾ ਦੇ ਨਾਲ ਉਹਨਾਂ ਨੂੰ ਇੱਥੇ ਵੰਡਦਾ ਰਿਹਾ ਮੇਰੀ ਕੋਸ਼ਿਸ਼ ਰਹੀ ਹੈ ਕਿ ਉਹ ਮਤਲਬ ਦੈਟ ਸ਼ੁਡ ਬੀ ਕੰਟੀਨਿਊਡ ਮੀਡੀਆ ਦਾ ਤੁਸੀਂ ਕੀ ਸਮਝਦੇ ਕੀ ਅਹਿਮ ਰੋਲ ਨਿਭਾ ਸਕਦੀ ਹੋਰ ਬੈਟਰ ਲਈ ਆਪਣੇ ਭਾਈਚਾਰੇ ਲਈ ਦੇਖੋ ਜੀ ਮੀਡੀਆ ਦਾ ਆਪਾਂ ਨੂੰ ਪਤਾ ਹੈਗਾ ਐਸ ਪਰ ਵਰਲਡ ਇਜ਼ ਕਨਸਰਨਡ ਇਟਸ ਅ ਗਲੋਬਲ ਐਟੀਟਿਊਡ ਨਾਉ ਜੀ ਠੀਕ ਹੈ মিডিਆ ਦਾ ਬਹੁਤ ਵੱਡਾ ਰੋਲ ਹੈਗਾ ਭਾਵੇਂ ਉਹ ਮਤਲਬ ਆਪਣੀ ਛੋਟੀ ਕਮਿਊਨਿਟੀ ਹੋਵੇ ਇੱਥੇ ਭਾਵੇਂ ਵੱਡੀ ਕਮਿਊਨਿਟੀ ਹੋਵੇ ਪਰ মিডিਆ ਜਿਹੜਾ ਹੈਗਾ ਉਹ ਇੱਕ ਵਧੀਆ ਰੋਲ ਨਿਭਾ ਸਕਦਾ ਸਾਨੂੰ ਇੱਕ ਦੂਸਰੇ ਦੇ ਨੇੜੇ ਕਰਦਾ ਹੈ মিডিਆ ਵੈਰੀ ਕਲੋਜ਼ਰ ਜਿਵੇਂ ਹੁਣ ਪ੍ਰਿੰਟ মিডিਆ ਹੈਗਾ ਜਾਂ ਇਲੈਕਟ੍ਰੋਨਿਕ মিডিਆ ਹੈਗਾ ਦੇ మేక్ ਅਸ ਵੈਰੀ ਕਲੋਸ ਅਸੀਂ ਇਸ ਗੱਲ ਕਰਕੇ ਨਾ মিডিਆ ਦਾ ਜਿਹੜਾ ਮੁੱਖ ਰੋਲ ਹੈਗਾ ਤਾਂ ਮੈਂ ਮਤਲਬ ਜਿਹੜਾ ਆਰਟੀਕਲ ਲਿਖਦਾ ਹੈਗਾ ਉਹ ਰਿਜ਼ਾਈਨਾਂ ਬੋਲਦਾ ਹੈ ਕਿਉਂਕਿ ਪਹਿਲਾਂ ਇੱਥੇ ਮਤਲਬ ਕੋਈ ਐਕਟੀਵਿਟੀ ਨਹੀਂ ਸੀਗੀ ਹੁਣ ਮੈਂ ਜਦੋਂ ਵੀ ਲਿਖਦਾ ਹੈਗਾ ਉਹ ਅਖਬਾਰ ਜਿਹੜਾ ਹੈਗਾ ਉਹ ਕੈਲਗਰੀ ਵੀ ਜਾਂਦਾ ਐਡਮਿੰਟਨ ਵੀ ਜਾਂਦਾ ਤੇ ਸਾਡੇ ਇੱਥੇ ਮਤਲਬ ਵੀ ਆਉਂਦਾ ਹੈਗਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਅਖਬਾਰ ਹੀ ਕੰਟੀਨਿਊ ਰਵੇ ਸੋ ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਇੱਕ ਵੱਡੇ ਸ਼ਹਿਰ ਤੋਂ ਛੋਟੇ ਸ਼ਹਿਰ ਆ ਕੇ ਤੁਸੀਂ ਇੱਥੇ ਲਿਖਣਾ ਸ਼ੁਰੂ ਕੀਤਾ ਇੱਥੇ ਵਾਰਤਲਾਬ ਵਗੈਰਾ ਸ਼ੁਰੂ ਕੀਤੀ ਹੈਗੀ ਸੋ ਹਾਊ ਡੂ ਯੂ ਫੀਲ ਤੇ ਇਥੋਂ ਦਾ ਜਿਹੜਾ ਵੱਖਰਾਪਣ ਕੀ ਤੁਹਾਨੂੰ ਨਜ਼ਰ ਆਉਂਦਾ ਐਸ ਕੰਪੇਅਰ ਟੂ ਕੈਲਗਰੀ ਅ ਦੇਖੋ ਗੱਲ ਇਹ ਹੈ ਕਿ ਜੀ ਐਸ ਪਰ ਐਸ ਕੈਲਗਰੀ ਇਜ਼ ਕੰਸਰਨਡ ਕੈਲਗਰੀ ਮਤਲਬ ਆਪਣੀ ਵੱਡਾ ਸ਼ਹਿਰ ਹੈ ਆਪਣੀ ਕਮਿਊਨਿਟੀ ਵੀ ਜਿਹੜੀ ਕੰਪੈਰੀਟਿਵਲੀ ਬਹੁਤ ਹੈਗੀ ਆ ਉੱਥੇ ਤੇ ਉਸ ਕਰਕੇ ਉੱਥੇ ਬਹੁਤ ਸਾਰੀਆਂ ਸਮਾਵਾਂ ਸਹਿਤ ਸਮਾਵਾਂ ਕਲਚਰਲ ਐਕਟੀਵਿਟੀਆਂ ਐਵਰੀ ਵੀਕਐਂਡ ਇਜ਼ ਬਿਜ਼ੀ ਜਦੋਂ ਉਹਨਾਂ ਦਾ ਵੀਕਐਂਡ ਬਿਜ਼ੀ ਹੈ ਤਾਂ ਨੇਚਰਲੀ ਜਿਹੜੇ মিডিਆ ਵਾਲੇ ਹੈਗੇ ਆ ਉਹ ਉਹਨਾਂ ਦਾ ਵੀ ਵੀਕਐਂਡ ਫਿਰ ਉਹਦੇ ਨਾਲ ਤੁਹਾਡੇ ਜਿਹੜੀਆਂ ਭਾਵਨਾ ਹੈਗਾ ਭਾਵਨਾਵਾਂ ਉਹਨਾਂ ਨੂੰ ਮਤਲਬ ਮਿਲਦਾ ਰਹਿੰਦਾ ਹੈਗਾ ਆਊਟਲੈਟ ਰਾਈਟ ਸੋ ਜਦੋਂ ਮੈਂ ਪਹਿਲਾਂ ਪਹਿਲਾਂ ਇੱਥੇ ਆਇਆ ਸੀ ਮੈਂ ਬੜਾ ਮਤਲਬ ਅਪਸੈਟ ਹੋ ਗਿਆ ਤਾਂ ਫਿਰ ਜਦੋਂ ਮੈਨੂੰ ਇਹ ਚੈਨਲ ਮਿਲ ਗਿਆ ਤਾਂ ਮੈਂ ਮੇਰੀਆਂ ਜਿਹੜੀਆਂ ਭਾਵਨਾ ਦਾ ਜਿਹੜਾ ਆਊਟਲੈਟ ਬਣਨਾ ਸ਼ੁਰੂ ਹੋ ਗਿਆ ਐਂਡ ਆਈ ਵਾਸ ਹੈਪੀ ਓਕੇ ਹੁਣ ਇਹਦੇ ਵਿੱਚ ਜਿਸ ਤਰ੍ਹਾਂ ਵਲੰਟੀਅਰ ਵਰਕ ਵਾਲੀ ਗੱਲ ਕਰਦੇ ਆ ਤਾਂ ਗੁਰਦੁਆਰਾ ਸਾਹਿਬ ਤੇ ਇੱਕ ਤੁਸੀਂ ਕਿਹਾ ਕੇਂਦਰ ਹੈਗਾ ਜਿੱਥੇ ਕਿਸਾਨ ਮਿਲਦੇ ਆ ਸਾਡੇ ਸੋਸ਼ਲ ਇਸ਼ੂਜ਼ ਰਿਲੀਜੀਅਸ ਇਸ਼ੂਜ਼ ਉੱਤੇ ਅਸੀਂ ਪੂਰੇ ਕਰਨੇ ਪਰ ਕਿੰਨਾ ਕੋ ਆਪਣਾ ਭਾਈਚਾਰਾ ਤੁਸੀਂ ਤੇ ਦੇਖਿਆ ਜਿਹੜਾ ਵਿਚਰ ਕੇ ਜਿੰਨੇ ਵੀ ਸਮੇਂ ਚ ਕਿ ਵਾਲੈਂਟੇਅਰ ਵਰਕ ਵਿੱਚ ਜਾਂ ਹੋਰ ਮੇਨਸਟ੍ਰੀਮ ਵਿੱਚ ਕਿੰਨਾ ਕੋ ਅਸੀਂ ਇਨਵੋਲਵ ਹੋ ਰਹੇ ਆ ਦੇਖੋ ਜੀ ਪਿਛਲੇ ਦਿਨੀ ਇੱਥੇ ਇੱਕ ਮਤਲਬ ਇਵੈਂਟ ਹੁੰਦਾ ਹੈਗਾ ਜਿਹੜਾ ਰੇਸ ਹੁੰਦੀ ਹੈਗੀ ਆ ਜੀ ਤੇ ਉਹਦੇ ਵਿੱਚ ਵੀ ਸਾਡਾ ਜਿਹੜਾ ਵਾਲੈਂਟੇਅਰ ਵਰਕ ਹੁੰਦਾ ਹੈਗਾ ਇੱਥੇ ਸਾਡੇ ਸ਼੍ਰੀ ਹੇਮ ਜੁਟਲਾ ਜੀ ਹੈ ਉਹ ਬਹੁਤ ਵਧੀਆ ਮਤਲਬ ਉਹਨਾਂ ਦਾ ਰੋਲ ਹੁੰਦਾ ਤੇ ਉਹਦੇ ਨਾਲ ਲੱਗ ਕੇ ਅਸੀਂ ਵੀ ਸਾਰੇ ਸਿਕ ਸੋਸਾਇਟੀ ਆਫ ਰੈਜ਼ਾਇਨਾ ਦੇ ਬਿਹਫਤੋਂ ਅਸੀਂ ਸਾਰੇ ਉਹਦੇ ਚ ਮਤਲਬ ਆ ਦਾ ਯੋਗਦਾਨ ਪਾਉਨੇ ਹੈ ਇਸੇ ਹੀ ਤਰ੍ਹਾਂ ਇਹ ਪਿਛਲੇ ਦਿਨੀ ਇੱਕ ਸਨਪ ਦਾ ਮਤਲਬ ਸ਼ੁਰੂ ਐ ਸਕੈਚਵਨ ਇਮੀਗ੍ਰੇਸ਼ਨ ਨਾਮ ਨਹੀਂ ਪ੍ਰੋਗਰਾਮ ਉਹਦੇ ਵਿੱਚ ਕੁਝ ਇਹਨਾਂ ਨੇ ਸਰਕਾਰ ਨੇ ਤਬਦੀਲੀਆਂ ਕੀਤੀਆਂ ਹੈਗੀਆਂ ਜਿਹੜੀਆਂ ਕਿ ਮਤਲਬ ਸਾਨੂੰ ਜਾਂ ਹੋਰ ਏਸ਼ੀਅਨ ਲੋਕਾਂ ਨੂੰ ਉਹ ਮਾਫਕ ਨਹੀਂ ਆਈਆਂ ਹੈਗੀਆਂ ਸੋ ਉਹਦੇ ਬਾਰੇ ਵੀ ਸਾਡਾ ਸੰਘਰਸ਼ ਚੱਲ ਰਿਹਾ ਹੈਗਾ ਸੋ ਅਸੀਂ ਸਾਡੀ ਕੋਸ਼ਿਸ਼ ਹੈਗੀ ਹੈ ਕਿ ਹਰ ਫਰੰਟ ਤੋਂ ਹੀ ਅਸੀਂ ਮਤਲਬ ਮੇਰਾ ਆਪਣਾ ਓਪਨ ਡੋਰ ਸੁਸਾਇਟੀ ਰਿਜ਼ਾਇਨ ਨਾਲ ਸੰਪਰਕ ਹੈ ਉੱਥੇ ਮੈਂ ਇੰਟਰਪ੍ਰੀਟਰ ਐਂਡ ਟ੍ਰਾਂਸਲੇਟਰ ਦੇ ਤੌਰ ਤੇ ਵੀ ਕੰਮ ਕਰਦਾ ਹੈਗਾ ਜਿੰਨੀ ਉਹ ਮੈਨੂੰ ਮਤਲਬ ਭੇਜਦੇ ਹੈਗੇ ਆਈ ਟ੍ਰਾਈ ਟੂ ਡੂ ਇਟ ਸੋ ਰੇਡੀਓ ਨਾਲ ਵੀ ਮੇਰਾ ਇੱਥੇ ਜਿਹੜਾ ਸਾਡਾ ਮਤਲਬ ਰੇਡੀਓ ਚੱਲਦਾ ਹੈਗਾ ਉਹਦੇ ਨਾਲ ਵੀ ਮੇਰਾ ਸੰਪਰਕ ਹੈਗਾ ਸੋ ਆਈ ਟ੍ਰਾਈ ਟੂ ਗੈਟ ਇਨਵੋਲਵਡ ਇਨ ਦਾ ਜਿਹੜੀ ਸਾਡੀਆਂ ਕਲਚਰਲ ਐਕਟੀਵिटीज ਆ ਸਾਡੀਆਂ ਰਿਲੀਜੀਅਸ ਐਕਟੀਵਿਟੀਆਂ ਹੈਗੀਆਂ ਜਾਂ ਸਾਡੀਆਂ ਸੋਸ਼ਲ ਐਕਟੀਵਿਟੀਆਂ ਹੈਗੀਆਂ ਸਮਾਂ ਕੱਢ ਕੇ ਮੈਂ ਕੰਮ ਵੀ ਕਰਦਾ ਥੋੜਾ ਬਾਲਾ ਪਰ ਨਾਲ ਦੇ ਨਾਲ ਮੈਂ ਜੜੀਆਂ ਆਪਣੀ ਸੁਸਾਇਟੀਜ਼ ਹੈਗੀਆਂ ਉਹਨਾਂ ਦੇ ਨਾਲ ਇਨਵੋਲਵ ਰਹਿਣ ਦੀ ਕੋਸ਼ਿਸ਼ ਕਰਦਾ ਹੈਗਾ ਅਖੀਰ ਵਿੱਚ ਜੋ ਤੁਸੀਂ ਇੱਥੇ ਵਿੱਚ ਰਹੇਗੇ ਉਹ ਤੇ ਜੋ ਤੁਹਾਡਾ ਐਕਸਪੀਰੀਅੰਸ ਹੈ ਉਹਦੇ ਬਾਰੇ ਜਾਨਣਾ ਚਾਹਾਂਗੇ ਜਿਸ ਤੇ ਤੁਸੀਂ ਕਿਹਾ ਇੱਕ ਛੋਟੀ ਕਮਿਊਨਿਟੀ ਸਾਂਝ ਹੈਗੀ ਹੈ ਪਰ ਉਸ ਦੇ ਨਾਲ ਤੁਸੀਂ ਹੋਰ ਕੀ ਕਰਨਾ ਚਾਹੁੰਦੇ ਫਿਊਚਰ ਪਲਾਨਸ ਕੀ ਹੈ ਹਰਪ੍ਰੀਤ ਜੀ ਗੱਲ ਇਹ ਹੈਗੀ ਆ ਵੀ ਜਦੋਂ ਅਸੀਂ ਇਨਵੋਲਵਮੈਂਟ ਸ਼ੁਰੂ ਕਰਦੇ ਹੈਗੇ ਆ ਉਦੋਂ ਅਸੀਂ ਸਟੈਪ ਬਾਈ ਸਟੈਪ ਚੱਲਦੇ ਹੈਗੇ ਅਸੀਂ ਸਾਡੀ ਇਹ ਕੋਸ਼ਿਸ਼ ਹੈਗੀ ਆ ਕਿ ਸਿਕ ਸੋਸਾਇਟੀ ਆਫ ਰਜ਼ਾਇਨਾ ਦੇ ਨਾਲ ਮਿਲ ਕੇ ਜਿਸ ਤਰ੍ਹਾਂ ਇਹਨਾਂ ਨੇ ਸਿਕ ਸੋਸਾਇਟੀ ਆਫ ਰਜ਼ਾਇਨਾ ਸਾਡਾ ਇੱਕ ਬਹੁਤ ਵਧੀਆ ਜਣੀ ਮਤਲਬ ਗਾਈਡੈਂਸ ਬਿਊਰੋ ਹੈ ਤਾਂ ਇਹਨਾਂ ਨੇ ਇੱਕ ਗੁਰਦੁਆਰਾ ਸਾਹਿਬ ਵਾਸਤੇ ਇੱਕ ਜਗ੍ਹਾ ਹੋਰ ਲਈ ਹੈਗੀ ਐਂਡ ਵੀ ਆਰ ਪ੍ਰਾਊਡ ਆਫ ਉਹਦੇ ਵਿੱਚ ਜਦੋਂ ਜਦੋਂ ਅਸੀਂ ਜਾਵਾਂਗੇ ਉਹਦੇ ਵਿੱਚ ਹੋਰ ਵੱਡਾ ਉਹ ਮਤਲਬ ਜਗ੍ਹਾ ਹੈਗੀ ਹੈ ਉਹਦੇ ਵਿੱਚ ਅਸੀਂ ਹੋਰ ਐਕਟੀਵਿਟੀਆਂ ਜਿਹੜੀਆਂ ਇਹਨਾਂ ਦੀ ਸਹਾਇਤਾ ਦੇ ਨਾਲ ਸ਼ੁਰੂ ਕਰਾਂਗੇ ਜਿਹੜੀਆਂ ਸਾਡੇ ਬੱਚਿਆਂ ਵਾਸਤੇ ਸਾਡੀ ਅਗਲੀ ਜਨਰੇਸ਼ਨ ਵਾਸਤੇ ਸਾਡੇ ਨੌਜਵਾਨਾਂ ਵਾਸਤੇ ਸਾਡੀਆਂ ਧੀਆਂ ਪੇੜਾਂ ਵਾਸਤੇ ਹੋਰ ਜ਼ਿਆਦਾ ਬਿਹਤਰ ਹੋਣ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਮਤਲਬ ਸਾਡੀ ਜਿਹੜੀ ਐਨਵਲਪਮੈਂਟ ਹੈਗੀ ਹੈ ਉਹ ਜਿਹੜੀ ਐ ਮੇਨ ਸਟ੍ਰੀਮ ਦੇ ਨਾਲ ਵੀ ਹੁੰਦੀ ਰਵੇ ਤਾਂ ਕਿ ਅਸੀਂ ਮਤਲਬ ਵਧੀਆ ਯੋਗਦਾਨ ਪਾ ਸਕੀਏ ਤੇ ਜਿਹੜੀ ਇਸੇ ਤਰ੍ਹਾਂ ਜਿਹੜਾ ਵਿਸ਼ੇਸ਼ ਤੌਰ ਤੇ ਉਦੋਂ ਅਲਾਵਾ ਹੋਰ ਵੀ ਕੰਮ ਕਰਦੇ ਸਾਡੇ ਇੱਥੇ ਗਗਨਦੀਪ ਸਿੰਘਾ ਲੜਕਾ ਜਿਹੜਾ ਉਹ ਮਲਟੀਫੇਸ ਨਾਲ ਕੰਮ ਕਰਦਾ ਉਹ ਮਲਟੀਫੇਸ ਸਕੈਚਮਨ ਦਾ ਪ੍ਰਧਾਨ ਹੈਗਾ ਤੇ ਸਾਨੂੰ ਇਹ ਅਜਿਹੇ ਲੋਕਾਂ ਤੇ ਜਿਹੜੇ ਇੱਥੇ ਜਿਮ ਹੈਗ ਬੈਠੇ ਹੈਗੇ ਆ ਉਹਨਾਂ ਤੇ ਮਾਣ ਹੈਗਾ ਸਾਡੇ ਪੁਰਾਣੇ ਬੰਦੇ ਤਾਂ ਹੈ ਹੀ ਹੈ ਜਿਹੜੇ ਮਤਲਬ 40 40 ਸਾਲ ਤੋਂ ਜਾਂ 45 ਸਾਲ ਤੋਂ ਬੈਠੇ ਆਗੇ ਆ ਉਹ ਉਹਨਾਂ ਦੇ ਪਲੱਸ ਜਿਹੜੀ ਨਵੀਂ ਜਨਰੇਸ਼ਨ ਹੈਗੀ ਆ ਉਹਨਾਂ ਨੂੰ ਵੀ ਅਸੀਂ ਕੋਸ਼ਿਸ਼ ਕਰਦੇ ਹੈਗਾ ਸਟੀਮ ਲਾਈਨ ਕਰਨ ਦੀ ਗਾਈਡ ਲਾਈਨ ਕਰਨ ਦੀ ਤੇ ਅੱਗੇ ਤੋਂ ਅਸੀਂ ਇਹੀ ਕੋਸ਼ਿਸ਼ ਜਿਹੜੀ ਹੈ ਖਾਸ ਤੌਰ ਤੇ ਮੇਰੀ ਇਹਨਾਂ ਦੀ ਸਹਾਇਤਾ ਦੇ ਨਾਲ ਇਹ ਕੋਸ਼ਿਸ਼ ਜਾਰੀ ਰੱਖੀ ਪੰਜਾਬੀ ਸਿਹਤ ਨੂੰ ਜਾਂ ਪੰਜਾਬੀ ਨੂੰ ਹੋਰ ਪ੍ਰਮੋਟ ਕਰਨ ਵਾਸਤੇ ਕੀ ਤੁਸੀਂ ਸਮਝਦੇ ਹੋ ਕਿ ਰਜ਼ਾਇਨਾ ਵਿੱਚ ਕੁਝ ਥਾਂ ਹੈਗੀ ਜੀ ਬਿਲਕੁਲ ਮੈਂ ਮਤਲਬ ਰਜ਼ਾਇਨਾ ਜਿਹੜੀ ਲਾਇਬ੍ਰੇਰੀ ਹੈਗੀ ਆ ਉਹਦੇ ਵਿੱਚ ਗਿਆ ਸੀਗਾ ਉਹ ਉੱਥੋਂ ਦਾ ਮੈਂ ਮੈਂਬਰ ਬਣਿਆ ਹੈਗਾ ਉਹਨਾਂ ਦੇ ਨਾਲ ਮੈਂ ਗੱਲ ਕੀਤੀ ਹੈਗੀ ਵੀ ਮੈਂ ਇੱਥੇ ਪੰਜਾਬੀ ਕਿਤਾਬਾਂ ਮਤਲਬ ਲਿਆਉਣ ਦੀ ਕੋਸ਼ਿਸ਼ ਮੇਰੀ ਹੈਗੀ ਹੈ ਮੇਰੇ ਕੋਲ ਆਪਣੇ ਕੋਲੇ ਵੀ ਬਾਕਸ ਹੈਗੀਆਂ ਤੇ ਮੈਂ ਹੋਰ ਵੀ ਬਾਏ ਵੀ ਕਰਕੇ ਲਿਆ ਸਕਦਾ ਤਾਂ ਕਿ ਸਾਡੇ ਜਿਹੜੇ ਲੋਕ ਹੈਗੇ ਆ ਨੌਜਵਾਨ ਜਾਂ ਪੁਰਾਣੇ ਲੋਕ ਇੱਥੇ ਵਸਦੇ ਹੈਗੇ ਆ ਪੰਜਾਬੀ ਨੂੰ ਪੜਨ ਪਰ ਇਹਦੇ ਨਾਲ ਮੈਂ ਤੁਹਾਨੂੰ ਦੋ-ਤ్రਾਂ ਹੋਰ ਕੁਝ ਪੰਜਾਬੀ ਦੀਆਂ ਕਹਿਣਾ ਚਾਹੂੰਗਾ ਉਹ ਇਸ ਤਰ੍ਹਾਂ ਹੈਗਾ ਜੀ ਸਵਰਗਵਾਸੀ ਇਕਬਾਲ ਅਰਪਣ ਸਿੰਘ ਇਹ ਉਹਨਾਂ ਨੇ ਇਸ ਬੰਦੀ ਕੁਛ ਲਿਖਿਆ ਹੈ ਤੁਸੀਂ ਸਿੱਖ ਬਣੋ Hindu ਜਾਂ ਮੁਸਲਮਾਨ ਬਣੋ ਹੈ ਇੱਕੋ ਸ਼ਰਤ ਕਿ ਪਹਿਲਾਂ ਤੁਸੀਂ ਇਨਸਾਨ ਬਣੋ ਬਿਲਕੁਲ ਬੀਤੇ ਸਮੇਂ ਵਿੱਚ ਅੰਤਾਂ ਦਾ ਖੂਨ ਹੋਇਆ ਹੈ ਦੋਸਤੋ ਬੱਸ ਵੀ ਕਰੋ ਹੋਰ ਨਾ ਸ਼ਮਸ਼ਾਨ ਬਣੋ ਸਾਡੀ نسل ਨੂੰ ਹੋਣਾ ਨਾ ਪਵੇ ਸ਼ਰਮਿੰਦਾ ਤੁਸੀਂ ਇਨਸਾਨ ਹੋ ਇਨਸਾਨੀਅਤ ਦੀ ਸ਼ਾਨ ਬਣੋ ਬਹੁਤ ਵਧੀਆ ਸੋ ਇਹ ਮੇਰਾ ਮੈਸੇਜ ਹੈ ਕਿ ਜੋ ਵੀ ਧਰਮ ਸਾਰੇ ਧਰਮਾਂ ਦਾ ਸਾਨੂੰ ਜਿੱਥੇ ਅਸੀਂ ਬੈਠੇ ਆ ਸਤਿਕਾਰ ਕਰਨਾ ਚਾਹੀਦਾ ਜੀ ਇੱਥੇ ਜਿਸ ਮੁਲਕ ਦੇ ਵਿੱਚ ਅਸੀਂ ਬੈਠੇ ਹੈਗੇ ਆ ਮੇਰਾ ਖਿਆਲ ਅਣਗਿਣਤ ਧਰਮ ਹੈਗੀ ਆ ਤੇ ਅਣਗਿਣਤ ਲੋਕ ਇੱਥੇ ਵੱਸਦੇ ਹੈਗੇ ਆ ਸਾਨੂੰ ਸਾਰਿਆਂ ਨੂੰ ਧਰਮਾਂ ਤੋਂ ਉੱਪਰ ਉੱਠ ਕੇ ਇੱਕ ਵਧੀਆ ਮਨੁੱਖ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਥੈਂਕ ਯੂ ਦੈਟਸ ਵਾਟ ਆਈ ਵਾਂਟ ਟੂ ਕਨ ਬੀ